ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਵੀਡੀਓ ਉਹਨਾਂ ਦੇ ਲਈ ਆ ਬਾਈ ਜਿਨ੍ਹਾਂ ਦੇ ਸੁਪਨੇ ਕਿਸੇ ਨਾ ਕਿਸੇ ਵਜ੍ਹਾ ਕਰਕੇ, ਕਿਸੇ ਨਾ ਕਿਸੇ ਜ਼ਿੰਮੇਵਾਰੀ, ਕਿਸੇ ਨਾ ਕਿਸੇ ਹਾਲਾਤ ਕਰਕੇ ਕਿਤੇ ਨਾ ਕਿਤੇ ਦੱਬੇ ਗਏ। ਪੂਰੀ ਵੀਡੀਓ ਦੇਖਣ ਦੇ ਲਈ ਬਾਈ ਪ੍ਰੋਫਾਈਲ 'ਤੇ ਦਿੱਤੇ ਲਿੰਕ 'ਤੇ ਕਲਿੱਕ ਕਰਿਓ। ਬਾਈ ਸੁਣਿਓ ਗੱਲ, ਜੇ ਗੱਲ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ। ਖੈਰ ਦਿਨ ਅਤੇ ਰਾਤ ਇੱਦਾਂ ਚੱਲਦੇ ਹੀ ਰਹਿਣੇ, ਬੰਦਾ ਸੋਚਦਾ ਕਿ ਅੱਜ ਨਹੀਂ ਕੱਲ੍ਹ ਕਰ ਲਓ। ਇੱਕ ਸੀ ਮੁਸੀਬਤ ਹਲੇ ਹੁਣੀ ਭੁਗਤਾਈ, ਆਈ ਅਗਲੀ ਕੋਈ ਨਾ ਇਹਦਾ ਹੱਲ ਕਰ ਲਓ। ਉਹ ਇੱਕ ਸੀ ਮੁਸੀਬਤ ਹਲੇ ਹੁਣੀ ਭੁਗਤਾਈ, ਆ ਗਈ ਅਗਲੀ ਕੋਈ ਨਾ ਇਹਦਾ ਹੱਲ ਕਰ ਲਓ। ਕਹੇ ਸੁਣੇ ਬੋਲਾਂ ਦਾ ਖਿਆਲ ਰੱਖੀਦਾ, ਕਹੇ ਸੁਣੇ ਬੋਲਾਂ ਦਾ ਖਿਆਲ ਰੱਖੀਦਾ। ਬੰਦਾ ਤੋੜਨੇ ਨੂੰ ਬੋਲ ਹੁੰਦਾ ਇੱਕ ਹੀ ਕਾਫੀ। ਉਹ ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਉਹ ਆਹ ਹੈ ਨਹੀਂ ਮੇਰੇ ਕੋਲ, ਉਹ ਹੈ ਨਹੀਂ ਮੇਰੇ ਕੋਲ, ਰੀਝਾਂ ਅਤੇ ਚਾਵਾਂ ਨਾਲ ਰਵੇਂ ਲੜਦਾ। ਘਰਾਂ ਵਿੱਚ ਬੈਠਿਆਂ ਨੂੰ ਮੰਜ਼ਿਲਾਂ ਨਾ ਮਿਲਦੀਆਂ, ਜਿਹੜਾ ਬੰਦਾ ਮਿਹਨਤਾਂ ਦੇ ਕੋਲੋਂ ਡਰਦਾ। ਉਹ ਘਰਾਂ ਵਿੱਚ ਬੈਠਿਆਂ ਨੂੰ ਮੰਜ਼ਿਲਾਂ ਨਾ ਮਿਲਦੀਆਂ, ਜਿਹੜਾ ਬੰਦਾ ਮਿਹਨਤਾਂ ਦੇ ਕੋਲੋਂ ਡਰਦਾ। ਹੋਏ ਹੌਂਸਲਿਆਂ ਨਾਲੋਂ ਵੱਡੀ ਕੋਈ ਚੀਜ਼ ਨਾ, ਹੌਂਸਲਿਆਂ ਨਾਲੋਂ ਵੱਡੀ ਕੋਈ ਚੀਜ਼ ਨਾ। ਬੰਦਾ ਦੱਸ ਉਹ ਕਾਹਦਾ ਜਿਹਨੇ ਸੋਚਾਂ 'ਚ ਲੰਘਾਤੀ। ਉਹ ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਹੋ ਕੱਚੇ ਦਾਣਿਆਂ ਨੂੰ ਖਾ ਕੇ ਕਿੱਥੇ ਢਿੱਡ ਭਰਦਾ, ਹਰ ਚੀਜ਼ ਪੱਕਣੇ ਨੂੰ ਥੋੜ੍ਹਾ ਟਾਈਮ ਲੱਗਦਾ। ਹੋਇਆ ਕਸੀਨੇ ਵਾਲੀ ਕੈਮ ਰੱਖੀ ਥੋੜ੍ਹੀ ਥੋੜ੍ਹੀ ਕਰ, ਖੂਨ ਤੱਤਾ ਯਾਰੋ ਜਿੰਨਾ ਚਿਰ ਰਹੇ ਮੰਗਦਾ। ਹੋ ਦਿਲਬਾਜ ਵਾਂਗੂ ਪੂਰਾ ਏ ਉਡਾਰ ਹੋ ਗਿਆ, ਦਿਲਬਾਜ ਵਾਂਗੂ ਪੂਰਾ ਏ ਉਡਾਰ ਹੋ ਗਿਆ। ਆਪਾਂ ਪਹੁੰਚਣਾ ਏ ਦੂਰ ਜੇ ਉਹਨੂੰ ਗੱਲ ਮੈਂ ਸੁਣਾਤੀ। ਉਹ ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਹੋ ਬੋਲ ਕੱਲਾ ਕੱਲਾ ਲਿਖਦਾ ਮੈਂ ਤੱਤ ਕੱਢ ਕੇ, ਕਿਤੇ ਆਖ ਹੀ ਨਾ ਦੇਣੇ ਐ ਮੈਂ ਝੂਠ ਬੋਲਦਾ। ਉਹ ਯਾਰੀ ਡੂੰਘੀ ਅੱਖਰਾਂ ਦੇ ਨਾਲ ਵਿੱਕੀ ਦੀ, ਜਦੋਂ ਇਹਨਾਂ ਨੂੰ ਐਂ ਲਿਖਦਾ ਤਾਂ ਖੂਨ ਖੋਲਦਾ। ਉਹ ਯਾਰੀ ਡੂੰਘੀ ਅੱਖਰਾਂ ਦੇ ਨਾਲ ਵਿੱਕੀ ਦੀ, ਜਦੋਂ ਇਹਨਾਂ ਨੂੰ ਐਂ ਲਿਖਦਾ ਤਾਂ ਖੂਨ ਖੋਲਦਾ। ਉਹ ਸ਼ੁਰੂਆਤਾਂ ਦਾ ਮਜ਼ਾਕਾਂ ਨਾਲ ਗਹਿਰਾ ਰਿਸ਼ਤਾ, ਸ਼ੁਰੂਆਤਾਂ ਦਾ ਮਜ਼ਾਕਾਂ ਨਾਲ ਗਹਿਰਾ ਰਿਸ਼ਤਾ, ਸਭ ਹੋ ਜਾਣੇ ਚੁੱਪ ਜਦੋਂ ਗੇਮ ਤੂੰ ਪਾਤੀ। ਉਹ ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਓਏ ਹੱਥ ਕਿਸੇ ਅੱਗੇ ਅੱਡ ਅੱਡ ਕੀ ਮੰਗਣਾ, ਜੋ ਤੂੰ ਲੱਭਦਾ ਏ ਬਾਹਰ ਸਭ ਤੇਰੇ ਵਿੱਚ ਹੈ। ਚਾਨਣਾਂ ਦੇ ਵਿੱਚ ਯਾਰਾ ਦਿਖ ਜਾਂਦਾ ਸਭ ਕੁਝ, ਲੱਭ ਉਹ ਚੀਜ਼ ਜੋ ਹਨੇਰੇ ਵਿੱਚ ਹੈ। ਚਾਨਣਾਂ ਦੇ ਵਿੱਚ ਯਾਰਾ ਦਿਖ ਜਾਂਦਾ ਸਭ ਕੁਝ, ਲੱਭ ਉਹ ਚੀਜ਼ ਜੋ ਹਨੇਰੇ ਵਿੱਚ ਹੈ। ਹੋ ਵਿੱਕੀ ਉਹਨਾਂ ਰਾਤਾਂ ਵਿੱਚ ਬਹਿ ਕੇ ਗੀਤ ਲਿਖਦਾ, ਵਿੱਕੀ ਉਹਨਾਂ ਰਾਤਾਂ ਵਿੱਚ ਬਹਿ ਕੇ ਗੀਤ ਲਿਖਦਾ। ਚੈੱਕ ਕਰ ਲਈ ਲੋਕੇਸ਼ਨ ਪਿੰਡ ਰੱਤੋਵਾਲ ਪਾਤੀ। ਉਹ ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਜਾਣੇ ਦਾ ਕੀ ਫਾਇਦਾ ਜਦੋਂ ਮਰ ਗਿਆ ਸੁਪਨਾ ਹੋਏ, ਸ਼ੀਸ਼ੇ ਅੱਗੇ ਖੜ ਵੀ ਨਾ ਮਿਲਦੀ ਮਾਫ਼ੀ। ਜ਼ਿੰਦਗੀ ਦੇ ਵਿੱਚ ਬਹੁਤ ਵਜ੍ਹਾ ਹੁੰਦੀਆਂ ਬਾਈ ਜਿਨ੍ਹਾਂ ਕਰਕੇ ਬੰਦਾ ਆਪਣੇ ਸੁਪਨਿਆਂ ਨੂੰ ਮਾਰ ਲੈਂਦਾ। ਕੁਝ ਕੁ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਾਂ ਕੁਝ ਇੱਦਾਂ ਦੇ ਹਾਲਾਤ ਹੁੰਦੇ ਨੇ ਜਿਨ੍ਹਾਂ ਕਰਕੇ ਬੰਦਾ ਆਪਣੇ ਸੁਪਨਿਆਂ ਨੂੰ ਅੱਗੇ ਨਹੀਂ ਤੋਰ ਸਕਦਾ। ਜੋ ਖੁਸ਼ੀ ਤੁਹਾਡਾ ਸੁਪਨਾ ਤੁਹਾਨੂੰ ਦੇ ਸਕਦਾ, ਉਹ ਖੁਸ਼ੀ ਦੁਨੀਆਂ ਦੇ ਵਿੱਚ ਤੁਹਾਨੂੰ ਕੋਈ ਹੋਰ ਨਹੀਂ ਦੇ ਸਕਦਾ। ਵੀਡੀਓ ਕਿਵੇਂ ਲੱਗੀ ਬਾਈ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਵਧੀਆ ਲੱਗੀ ਹੋਵੇ ਵੀਡੀਓ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ, ਸ਼ਾਇਦ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਬਦਲ ਜਾਵੇ। ਇਹ ਤੋਂ ਵੱਧ ਆਪਣੇ ਲਈ ਹੋਰ ਚੰਗਾ ਕੀ ਹੋ ਸਕਦਾ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਇੰਸਟਾਗ੍ਰਾਮ 'ਤੇ ਕਰ ਲਿਓ ਫੋਲੋ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ।